ਕਲੇਸ਼ ਤੋਂ ਬਚਾਉਣ ਦੇ ਤਿੰਨ ਮੰਤਰ ਗੁਰਬਾਣੀ ਨੇ ਦੱਸੇ ਨੇ। ਪਿਆਰਿਓ, ਆਪਾਂ ਇਸ ਵਿਸ਼ੇ ਤੇ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਫੁਰਮਾਨ ਹੈ। ਭਗਤ ਸੇਖ ਫਰੀਦ ਜੀ ਆਪਣੇ ਸਲੋਕਾਂ ਦੇ ਵਿੱਚ ਫੁਰਮਾਉਂਦੇ ਨੇ 1383 ਅੰਗ ਤੇ, ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਪਿਆਰਿਓ, ਹੇ ਭੈਣੇ, ਇੱਕ ਪਹਿਲਾ ਹੈ ਨਿਵਣਾ। ਸਤਿਗੁਰ ਸੱਚੇ ਪਾਤਸ਼ਾਹ ਨੇ ਅੰਤਰ ਆਤਮਾ ਨੂੰ ਸੰਬੋਧਿਤ ਹੋ ਕੇ ਸ਼ਬਦ ਆਖੇ ਨੇ। ਭੈਣ ਕਿਹਾ ਆਤਮਾ ਨੂੰ, ਅੰਦਰਲੇ ਮਨ ਨੂੰ, ਭਾਵਨਾਵਾਂ ਨੂੰ। ਨਿਵਣਾ, ਨਿਵਣਾ ਬਹੁਤ ਵੱਡੀ ਗੱਲ ਹੁੰਦੀ ਹੈ। ਜਿਹੜਾ ਬੰਦਾ ਨਿਭ ਜਾਂਦਾ ਹੈ ਨਾ, ਉਹ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਹੈ ਨਿਭ ਕੇ। ਇੱਕ ਹੁੰਦਾ ਹੈ ਸਹਾਰਨਾ, ਵੀ ਜਿਹੜਾ ਕਿਸੇ ਦੀ ਗੱਲ ਨੂੰ ਸਹਾਰ ਲਏ, ਜਿਹੜਾ ਆਪਣੇ ਆਪ ਨੂੰ ਵੀ ਸੰਭਾਲ ਲਏ ਤੇ ਆਪਣੇ ਕਹੇ ਬੋਲਾਂ ਨੂੰ ਵੀ ਸੰਭਾਲ ਲਏ, ਦੂਜੇ ਦੇ ਕਹੇ ਬੋਲਾਂ ਨੂੰ ਵੀ ਸਹਾਰ ਲਏ, ਸੰਭਾਲ ਲਏ, ਉਹ ਹੁੰਦਾ ਸਹਾਰਨਾ। ਉਹ ਜਿਹੜੀ ਸਹਾਰਨ ਸ਼ਕਤੀ ਹੁੰਦੀ ਹੈ ਨਾ ਬੰਦੇ 'ਚ, ਜੇ ਉਹ ਹੋਵੇ ਤਾਂ ਬਹੁਤ ਵੱਡੀ ਗੱਲ, ਬਹੁਤ ਵੱਡਾ ਗੁਣਾ। ਇੱਕ ਹੁੰਦਾ ਮਿੱਠਾ ਬੋਲਣਾ, ਸ਼੍ਰੋਮਣੀ ਮੰਤਰ ਹੈ ਮਿੱਠਾ ਬੋਲਣਾ। ਮਿੱਠਾ ਬੋਲਣਾ, ਜ਼ੁਬਾਨ ਜਿਹਦੀ ਮਿੱਠੜੀ ਹੈ, ਅਤੇ ਯਾਦ ਰੱਖਿਓ ਉਹ ਬੰਦਾ ਕਦੇ ਵੀ ਮਾਰ ਨਹੀਂ ਖਾਂਦਾ, ਕਿਤੇ ਵੀ ਮਾਰ ਨਹੀਂ ਖਾਂਦਾ, ਜਿਹਦੀ ਜ਼ੁਬਾਨ ਮਿੱਠੀ ਆ। ਹੁਣ ਤਿੰਨ ਗੁਣ ਨੇ, ਸਤਿਗੁਰ ਨੇ ਆਪ ਹੀ ਕਹਿ ਦਿੱਤਾ, ਜੇ ਇਹ ਤਿੰਨ ਵੇਸ ਕਰ ਲੈਣਾ ਤਾਂ ਖਸਮ ਤੇਰੇ ਵਸ ਵਿੱਚ ਆ ਜਾਏਗਾ, ਤੇ ਦੁਨੀਆਦਾਰੀ ਦੇ ਵਿੱਚ ਰਹਿਣ ਦੀ ਤੈਨੂੰ ਜਾਚ ਆ ਜਾਏਗੀ, ਦੁਨੀਆਦਾਰੀ ਤੇਰੇ ਤੋਂ ਹਮੇਸ਼ਾ ਜਿਹੜੀ ਹੈ ਖੁਸ਼ ਹੋਵੇਗੀ, ਤੇ ਤੂੰ ਦੁਨੀਆਂ ਦੇ ਵਿੱਚ ਵਿਚਰਨਾ ਸਿੱਖ ਜਾਏਗਾ, ਜੇ ਤੇਰੇ ਤਿੰਨ ਗੁਣ ਤੇਰੇ ਪੱਲੇ ਹੋਣਗੇ। ਤੇ ਤਿੰਨੇ ਗੁਣ ਜੇ ਤੇਰੇ ਕੋਲ ਹੋਵੇਗੇ, ਤੇਰੀ ਦੁਨੀਆਦਾਰੀ, ਤੇਰੇ ਘਰ ਦੇ ਕਲੇਸ਼ਾਂ ਦੇ ਵਿੱਚ ਕਦੇ ਵੀ ਵਾਧਾ ਨਹੀਂ ਹੋਏਗਾ, ਤੇਰੇ ਕਲੇਸ਼ ਨਹੀਂ ਕਦੇ ਪੈਣਗੇ, ਤੇਰੇ ਰਿਸ਼ਤੇਦਾਰੀਆਂ, ਤੇਰੇ ਆਪਣੇ ਝੰਝਟਾਂ ਦੇ ਵਿੱਚ ਕਲੇਸ਼ ਨਹੀਂ ਪੈਣਗੇ, ਕਿਉਂਕਿ ਤੈਨੂੰ ਨਿਭਣਾ ਆਉਂਦਾ ਹੈ, ਕਿਉਂਕਿ ਤੈਨੂੰ ਸਹਾਰਨਾ ਆਉਂਦਾ ਹੈ, ਕਿਉਂਕਿ ਤੈਨੂੰ ਮਿੱਠਾ ਬੋਲਣਾ ਆਉਂਦਾ ਹੈ। ਜਦੋਂ ਆਪਾਂ ਕਿਸੇ ਨੂੰ ਮਿੱਠਾ ਬੋਲਾਂਗੇ ਤੇ ਅੱਗੋਂ ਅਗਲਾ ਆਪਾਂ ਨੂੰ ਕੌੜਾ ਬੋਲੇ ਤਾਂ ਹੋ ਹੀ ਨਹੀਂ ਸਕਦਾ। ਜਦੋਂ ਆਪਾਂ ਅਗਲੇ ਦੀ ਗੱਲ ਨੂੰ ਸਹਾਰਾਂਗੇ ਤੇ ਕਈ ਵਾਰੀ ਆਪਾਂ ਵੀ ਬੋਲਾਂਗੇ, ਅਗਲਾ ਵੀ ਆਪਣੀ ਗੱਲ ਨੂੰ ਸਹਾਰੇਗਾ। ਕਹਿੰਦੇ ਨੇ ਇੱਕ ਚੁੱਪ ਸੌ ਸੁੱਖ, ਥੋੜੇ ਜਿਹੀ ਅਰਥ ਨੇ ਜੀ। ਤੇ ਇੱਕ ਹੁੰਦਾ ਨਿਭਣਾ, ਤੇ ਜੇ ਆਪਾਂ ਨਿਭ ਗਏ ਤੇ ਜ਼ਰੂਰੀ ਥੋੜੀ ਹੈ ਕਿ ਆਪਾਂ ਜੇ ਨਿਭ ਗਏ ਤੇ ਬੰਦਾ ਆਪਣੇ ਤੇ ਵਾਰੀ ਵਾਰੀ ਚੜ੍ਹ ਕੇ ਆਏਗਾ, ਆਪਾਂ ਨੂੰ ਇਹ ਨਿਭਾਏਗਾ ਨਹੀਂ। ਨਿਭਣ ਦਾ ਮਤਲਬ ਹੁੰਦਾ ਵੀ ਆਪਣੇ ਆਪ ਨੂੰ ਛੋਟਾ ਸਮਝਣਾ, ਚਾਹੇ ਜਿੰਨਾ ਮਰਜ਼ੀ ਵੱਡਾ, ਜਿੰਨਾ ਮਰਜ਼ੀ ਵੱਡਾ ਅਹੁਦਾ, ਜਿੰਨਾ ਮਰਜ਼ੀ ਵੱਡਾ ਉਹਦੇ ਕੋਲ ਕੁਝ ਵੀ ਹੈ, ਪਰ ਯਾਦ ਰੱਖਿਓ ਨਿਭਣਾ, ਸਤਿਗੁਰ ਤੋਂ ਨਿਭ ਕੇ ਰਹਿਣਾ, ਦੁਨੀਆਦਾਰੀ ਦੇ ਵਿੱਚ ਵੀ ਨਿਭਣਾ। ਭਾਵ ਕਿ ਮਿੱਠ ਬੋਲੜੇ ਬੋਲਣਾ, ਲੜਾਈ ਝਗੜੇ ਤੋਂ ਕਿਨਾਰਾ ਕਰਨਾ, ਉਹਨੂੰ ਕਹਿੰਦੇ ਨੇ ਨਿਭਣਾ, ਸਹਾਰਨਾ, ਮਿੱਠਾ ਬੋਲਣਾ। ਇਹ ਤਿੰਨ ਮੰਤਰ ਨੇ, ਜਿਹਨਾਂ ਤਿੰਨਾਂ ਮੰਤਰਾਂ ਨੂੰ ਅਸੀਂ ਰਿਸ਼ਤਿਆਂ ਦੇ ਵਿੱਚ ਲੈ ਕੇ ਆਈਏ, ਜ਼ਿੰਦਗੀ ਦੇ ਵਿੱਚ, ਅਸਲ ਜ਼ਿੰਦਗੀ ਦੇ ਵਿੱਚ ਕਿਤੇ ਲੈ ਕੇ ਆਈਏ, ਧਾਰਨ ਕਰੀਏ, ਤੇ ਫਿਰ ਸਤਸੰਗਤ ਸੋਚਿਓ ਕਿਸ ਤਰ੍ਹਾਂ ਜ਼ਿੰਦਗੀ ਦੇ ਮਾਇਨੇ ਬਦਲਣਗੇ। ਇਹ ਤਿੰਨ ਮੰਤਰ ਨੇ ਜਿਹੜੇ ਕਲੇਸ਼ ਤੋਂ ਰਹਿਤ ਕਰਦੇ ਨੇ। ਜਿਹਨਾਂ ਬੰਦੇ ਕੋਲੇ ਇਹ ਹੋਣਗੇ, ਉਹਨਾਂ ਦਾ ਕਲੇਸ਼ ਜਿਹੜਾ ਹੈ ਉਹ ਮਿਟ ਜਾਏਗਾ। ਪਿਆਰਿਓ, ਇਹ ਸਭ ਤੋਂ ਵੱਡੀਆਂ ਚੀਜ਼ਾਂ ਨੇ। ਸਤਿਗੁਰ ਨੇ ਆਪ ਹੀ ਕਹਿਤਾ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ, ਤੇ ਫਿਰ ਤੇਰਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਨਾ ਉਹ ਪੂਰਨ ਹੋ ਜਾਏਗਾ, ਜੇ ਤੇਰੇ ਕੋਲੇ ਇਹ ਤਿੰਨ ਚੀਜ਼ਾਂ ਮੌਜੂਦ ਨੇ। ਸੋ ਸਾਧ ਸੰਗਤ ਯਾਦ ਰੱਖਿਓ, ਬੇਨਤੀਆਂ ਆਪਾਂ ਕੀਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।